वेले भगौड़ा पंजाब का, पंजाब के लोगों का, कानून का, जिदे घर च लुकया, जिन्हें लुकाया, जिन्हें पनाह दी है, वह भी दोषी है। पंजाब के सबका DGP सुमेर सिंह सैणी दी मुश्किलां लगातार वधदियां होईयां दिखाई दे रहीआं ने। पहला बलवंत सिंह मुल्तानी कतल केस दे विच उसके खिलाफ 302 की धारा लगाई गई, फिर उसकी हाई कोर्ट तक तो जमानत रद्द हो गई। हुण सुमेर सिंह सैणी दे पंजाब दे विच थां थां पोस्टर लगाए जा रहे हैं। दर खालसा के बुलारे कमरपाल सिंह बिट्टू ने कहा है कि पिछले लंबे समय तो पुलिस सुमेर सिंह सैणी नूं फड़न दे विच नाकाम हो रही है। इस तो लगता है कि पुलिस अते सरकारां सुमेर सिंह सैणी नूं बचाउण विच लगियां होईयां ने। उन्हें कहा कि 1984 कतलेआम विच सिख नौजवानों के परिवारों नूं पुलिस वल्लों गिरफ्तार करके तंग परेशान किया जाता सी, तां जो सिख नौजवान अपने आप नूं पुलिस अगे पेश कर देण। अते हुण अगर सुमेर सिंह सैणी पुलिस की गिरफ्त तो बाहर है तो उसके परिवारिक मैंबरां नूं भी गिरफ्तार कर लेना चाहिए, तां जो सुमेर सिंह सैणी की गिरफ्तारी जल्द हो सके। उन्हें कहा कि जिहड़ा भी आदमी सुमेर सिंह सैणी बारे जानकारी देवेगा जां उस नूं गिरफ्तार करवाएगा तां दल खालसा उस नूं बहादुरी पुरस्कार दे के सन्मानित करेगी। ਦਾ ਸਾਬਕਾ DGP ਕਾਨੂੰਨ ਤੋਂ ਭਗੌੜਾ ਹੋ ਚੁੱਕਾ, ਪੁਲਿਸ ਅਤੇ ਸਰਕਾਰ ਦੇ ਨਾਲ ਲੁਕਣ ਮਿੱਟੀ ਖੇਡ ਰਿਹਾ। ਅਸੀਂ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਪੋਸਟਰ ਲਾ ਰਹੇ ਹਾਂ ਕਿ ਇਹ ਸ਼ਖਸੀਅਤ ਵਾਂਟਿਡ ਹੈ ਇਨ ਅ ਮਰਡਰ ਕ੍ਰਾਈਮ, ਇਹ ਭਗੌੜਾ ਹੋ ਚੁੱਕਾ ਹੈ, ਔਰ ਭਗੌੜਾ ਹੋਏ ਬੰਦੇ ਨੂੰ ਫੜਾਉਣ ਅਤੇ ਫੜਨ ਵਾਲੇ ਨੂੰ ਅਸੀਂ ਬਹਾਦਰੀ ਪੁਰਸਕਾਰ ਦਿਆਂਗੇ, ਅਸੀਂ ਉਸ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਤਲ ਹੈ, ਨਿਰਦੋਸ਼ ਲੋਕਾਂ ਦਾ ਕਾਤਲ ਹੈ, ਜਿੰਨਾ ਜਿਹਦੇ ਉੱਤੇ ਕਤਲ ਦੇ ਕੇਸ ਨੇ, ਕੁਛ ਤਾਂ ਟ੍ਰਾਇਲ 'ਚ ਹੈ, ਈਵਨ ਜਿਹੜੇ ਇਹਨੇ ਆਪਣੇ ਕਜ਼ਨ ਸੈਨੀ ਮੋਟਰਸ ਜਿਹੜੇ ਲੁਧਿਆਣੇ ਵਾਲੇ ਨੇ ਉਹ ਵੀ ਮਾਰੇ ਹੋਏ ਨੇ, ਉਹਦਾ ਵੀ ਕੇਸ CBI ਦੇ ਅਦਾਲਤ ਵਿੱਚ ਦਿੱਲੀ ਦੇ ਵਿੱਚ ਚੱਲ ਰਿਹਾ, ਔਰ ਇਹ ਆਪਣੇ ਸਰਕਾਰੀ ਲਿੰਕ ਕਰਕੇ ਇੰਨੇ ਸਾਲਾਂ ਤੋਂ ਬਚਿਆ ਹੋਇਆ। ਅਤੇ ਜਿਹੜੀ ਸੈਨੀ ਮੋਟਰਸ ਦੀ ਮਾਤਾ ਸੀ, ਜਿਹਨੇ ਕੇਸ ਕੀਤਾ ਸੀ, ਜਿਹਦੇ ਬੱਚੇ ਮਾਰੇ ਨੇ, ਉਹ 100 ਸਾਲ ਦੇ ਨੇੜੇ ਤੇੜੇ ਹੋ ਕੇ ਮਰ ਗਈ। 27 ਸਾਲ ਉਹ ਕੇਸ ਲੜਦੀ ਰਹਿ ਗਈ, ਪਰ ਸਰਕਾਰਾਂ ਨੇ ਅਤੇ ਅਦਾਲਤਾਂ ਨੇ ਇਹਦਾ ਇਹਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ, ਇਸ ਦਾ ਕੁਛ ਵੀ ਵਿਗੜਿਆ ਨਹੀਂ ਹੈ। ਇੱਥੋਂ ਪਤਾ ਲਾ ਲਓ ਕਿ ਇਹਦੇ ਲਿੰਕ ਇੰਡੀਅਨ ਸਟੇਟ ਦੇ ਨਾਲ ਕਿੰਨੇ ਜ਼ਿਆਦਾ ਨੇ। ਸੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਦੱਸ ਰਹੇ ਹਾਂ, ਇੱਕ ਤਰ੍ਹਾਂ ਨਾਲ ਅਸੀਂ ਸਰਕਾਰ ਦੇ ਉੱਤੇ ਆਪਣਾ ਇੱਕ ਮੋਰਲ ਪ੍ਰੈਸ਼ਰ ਵੀ ਬਿਲਡ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਵੱਲ ਦੇਖ ਰਹੇ ਹਾਂ, ਤੁਹਾਡੀ ਜਿਹੜੀ ਲੁਕਣ ਮਿੱਟੀ ਹੈ, ਜਿਹੜੀ ਤੁਹਾਡੀ ਨਰਮੀ ਹੈ, ਜਿਹੜਾ ਤੁਹਾਡਾ ਮਿਲੀ ਭੁਗਤ ਹੈ ਆਪਸ ਦੇ ਨਾਲ, ਜਿਹੜਾ ਫਰੈਂਡਲੀ ਮੈਚ ਕਰ ਰਹੇ ਹੋ ਰੇਡਸ ਕਰਕੇ, ਇਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਅਗਰ ਤੁਸੀਂ ਫੜਨਾ ਚਾਹੋ ਤਾਂ ਤੁਸੀਂ ਫੜ ਸਕਦੇ ਹੋ, ਸਾਨੂੰ ਯਕੀਨ ਹੈ ਕਿ DGP ਪੰਜਾਬ ਨੂੰ ਪਤਾ ਹੈ, ਅਗਰ ਉਹ ਪਕੜਨਾ ਚਾਹੇ ਉਹ ਇਹਨੂੰ 24 ਆਵਰ 'ਚ ਪਕੜ ਸਕਦਾ। ਜਤਨ ਜਦੋਂ ZSecurity ਹੈ ਤਾਂ ਪਤਾ ਕਿ ਉਹ ਘਰ ਨਹੀਂ ਹੈਗਾ, ਤਾਂ ਫਿਰ ਰੇਡ ਕਰਨ ਦਾ ਕੀ ਫਾਇਦਾ? ਮੇਰੇ ਵਰਗੇ ਬੰਦੇ ਨੂੰ ਪਕੜਨ ਲਈ ਮੈਨੂੰ ਬਹੁਤ ਵਾਰੀ ਪਤਾ ਹੈ ਕਿ ਪਹਿਲਾਂ ਇੱਕ ਸਿਵਲ ਕਲੋਸ ਦੇ ਵਿੱਚ ਪਹਿਲਾਂ ਘਰ ਭੇਜਿਆ ਜਾਂਦਾ, ਉਹ ਯਕੀਨ ਬਣਾ ਲੈਂਦਾ ਕਿ ਮੈਂ ਘਰ ਹੀ ਹਾਂ, ਉਸ ਤੋਂ ਬਾਅਦ ਵਰਦੀ ਵਾਲੇ ਆਉਂਦੇ ਨੇ। ਉੱਥੇ ਤਾਂ ਸਿਕਿਉਰਿਟੀ ਫੋਰਸਿਸ ਸੀਗੀਆਂ, ਉਹਨਾਂ ਤੋਂ ਇਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਘਰ ਨਹੀਂ ਹੈ। ਉਹਦੀ ZSecurity ਵਾਪਸ ਹੋਣੀ ਚਾਹੀਦੀ ਹੈ। ਜਦੋਂ ਹਾਈ ਕੋਰਟ ਨੇ ਉਹਦੀ ਬੇਲ ਰਿਜੈਕਟ ਕਰ ਦਿੱਤੀ, 302 ਦੀ FIR ਦਰਜ ਹੋ ਗਈ, ਫਿਰ ਕਾਹਦੀ ZSecurity ਹੈ? ਵਾਪਸ ਲਓ, ਉਹ ਹੀ ਇਜ਼ ਨੋਟ VIP। ਬਿਲਕੁਲ, ਪੋਲੀਟਿਕਸ ਚੱਲ ਰਹੀ ਹੈ, ਇਸੇ ਕਰਕੇ ਅਸੀਂ ਪਬਲਿਕ ਪ੍ਰੈਸ਼ਰ ਬਿਲਡ ਕਰ ਰਹੇ ਹਾਂ। ਦਲ ਖਾਲਸਾ ਵੱਲੋਂ ਸਾਬਕਾ DGP ਸੁਮੇਧ ਸੈਣੀ ਦੇ ਨਾਂ 'ਤੇ ਇੱਕ ਪੋਸਟਰ ਜਾਰੀ ਹੋਇਆ ਪੂਰੀ ਪੰਜਾਬ ਦੇ ਅੰਦਰ, ਅਸੀਂ ਉਹਨੂੰ ਲਾਵਾਂਗੇ। ਉਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਦੱਸਣ ਲਈ ਕਿ ਇਹ ਭਗੌੜਾ ਹੋਇਆ ਕਾਨੂੰਨ ਦਾ, ਔਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ, ਦੋਨੇ ਹੀ ਧਿਰਾਂ ਰਲ ਮਿਲ ਕੇ ਟਾਈਮ ਪਾਸ ਕਰ ਰਹੀਆਂ ਨੇ, ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਹਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਕਿ ਉਹ ਕੋਈ ਜਿਹੜਾ ਕਾਨੂੰਨੀ ਚਾਰਾ ਜੋ ਆਪਣੀ ਕਰ ਲਏ ਅਤੇ ਉਹਦੀ ਅਰੈਸਟ ਜਿਹੜੀ ਆ ਉਹ 'ਚੋਂ ਉਹ ਨਿਕਲ ਜਾਵੇ। ਪਰ ਅਸੀਂ ਸਰਕਾਰ ਕੋਲੋਂ, ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਕਿ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਜਿਵੇਂ ਸਿੱਖਾਂ ਨੂੰ ਨਜਾਇਜ਼ ਉਹਨਾਂ ਦੇ ਘਰਾਂ 'ਚੋਂ ਫੈਮਲੀਆਂ ਨੂੰ ਚੱਕ ਲਿਆ ਜਾਂਦਾ ਸੀ, ਇੰਟੈਰੋਗੇਟ ਕੀਤਾ ਜਾਂਦਾ ਸੀ, ਉਹਦੀ ਫੈਮਲੀ ਨੂੰ ਵੀ ਪੁੱਛਿਆ ਜਾਵੇ, ਔਰ ਜਿੱਥੇ ਵੀ ਅਸਰ ਰਸੂਖ ਦੇ ਨਾਲ ਰਹਿ ਰਿਹਾ ਉਹਨੂੰ ਉੱਥੇ ਗ੍ਰਿਫਤਾਰ ਕੀਤਾ ਜਾਵੇ। ਅਸੀਂ ਇਹ ਜਿਹੜਾ ਪੋਸਟਰ ਪੂਰੇ ਪੰਜਾਬ 'ਚ ਲਾਵਾਂਗੇ ਦਲ ਖਾਲਸਾ ਵੱਲੋਂ। ਅਸੀਂ ਜਿਹੜਾ ਵੀ ਬੰਦਾ ਉਹਨੂੰ ਗ੍ਰਿਫਤਾਰ ਕਰਾਏਗਾ, ਦੱਸ ਪਾਏਗਾ, ਪਕੜਾਏਗਾ, ਅਸੀਂ ਉਹਨੂੰ ਬਹਾਦਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕਰਾਂਗੇ। दस दिए कि सुमेर सिंह सैणी की गिरफ्तारी नूं लैके पंजाब पुलिस वालों लगातार सुमेर सैणी के कारा ते उसके वक्ो वक्रियां थावां दे उपर छापेमारी की जा रही है, पर हाले भी सुमेर सिंह सैणी पुलिस की गिरफ्त तो बाहर है।
जिस तो बाद दल खालसा के मैंबरों के वलों पोस्टर लगा के ये इनाम रखा गया। ब्यूरो रिपोर्ट, रोजाना लोकनाथ टीवी।